ਇਹ ਲੋਕਤੰਤਰ ਦੇ ਵਿੱਚ ਭਾਰਤ ਦੇ ਸੰਵਿਧਾਨ ਅਨੁਸਾਰ ਜਿਹੜਾ ਸਾਨੂੰ ਵੋਟ ਦਾ ਹੱਕ ਮਿਲਿਆ ਕਿ ਅਸੀਂ ਆਪਣੀ ਆਪਣਾ MLA ਆਪਣਾ MP ਜਿਹੜਾ ਹੈ ਆਪਣਾ ਸਰਪੰਚ ਸਰਪੰਚ ਇਸ ਵੋਟ ਦੇ ਨਾਲ ਚੁਣ ਸਕਦੇ ਹਾਂ। ਲੋਕ ਆਪਣੇ ਆਪਣੀ ਸਰਕਾਰ ਆਪ ਚੁਣ ਸਕਦੇ ਆ, ਉਸ ਵੋਟ ਦਾ ਅਧਿਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਇਹ ਵੋਟ ਦੇ ਅਧਿਕਾਰ ਦੇ ਨਾਲ ਹੀ ਅਸੀਂ ਜਿਹੜਾ ਹੈ ਆਪਣੀ ਮਰਜ਼ੀ ਦੀ ਸਰਕਾਰ ਬਣਾ ਸਕਦੇ ਹਾਂ, ਅਸੀਂ ਵੋਟ ਪਾ ਕੇ ਇਸ ਕਰਕੇ ਵੋਟ ਪਾ ਕੇ। ਮੁੱਦੇ ਕੀ ਨੇ ਹਲਕਾ ਸ਼ਾਹਕੋਟ ਦੇ ਵਿੱਚ? ਸ਼ਾਹਕੋਟ ਦੇ ਮੁੱਦੇ ਜਿਹੜੇ ਹੈਗੇ ਆ, ਸਭ ਤੋਂ ਵੱਡਾ ਅਸੀਂ ਜਿਹੜਾ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਉਭਾਰਦੇ ਆਏ ਹਾਂ। ਹੁਣ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਮੂਹਰੇ ਵੀ ਰੱਖਿਆ, ਸਰਕਾਰ ਮੂਹਰੇ ਵੀ ਰੱਖਿਆ, ਮੁੱਖ ਮੰਤਰੀ ਤਿੱਕਰ ਵੀ ਰੱਖਿਆ, ਸਾਰੇ ਜਿੰਨੇ ਵੀ ਸਾਡੇ ਕੋਲ ਆਏ ਸਾਰਿਆਂ ਨੂੰ ਕਿ ਸ਼ਾਹਕੋਟ ਇਲਾਕਾ ਦੋ ਬੰਨਿਆਂ ਤੋਂ ਮਾਰ ਚੱਲ ਰਿਹਾ। ਇੱਕ ਤਾਂ ਬੁੱਢੇ ਦਰਿਆ ਦਾ ਜਿਹੜਾ ਗੰਦਾ ਪਾਣੀ ਆ ਉਹ ਸ਼ਾਹ ਫਲੋਰ ਤੋਂ ਲੈ ਕੇ ਨਕੋਦਰ ਸ਼ਾਹਕੋਟ ਲੋਹੀਆਂ ਤਿੱਕਰ ਮਾਰ ਕਰ ਰਿਹਾ। ਦੂਸਰੇ ਚਿੱਟੀ ਬਈ ਜਿਹੜੀ ਹੈਗੀ ਆ ਉਹ ਪ੍ਰਦੂਸ਼ਿਤ ਪਾਣੀ ਉਹਦੇ ਵਿੱਚ ਆ ਰਿਹਾ। ਸੋ ਦੁਆਬਾ ਜਿਹੜੇ ਹੈਗੇ ਆ ਪਾਣੀ ਮੁੱਕਦੇ ਜਾ ਰਿਹਾ, ਪਾਣੀ ਸੁੱਕਦੇ ਜਾ ਰਿਹਾ, ਅਤੇ ਸਾਡੀ ਕੋਸ਼ਿਸ਼ ਸਰਕਾਰ ਮੂਹਰੇ ਪ੍ਰਸ਼ਾਸਨ ਮੂਹਰੇ ਪੋਲੀਟੀਕਲ ਪਾਰਟੀਆਂ ਮੂਹਰੇ ਰਹੀ ਹੈ ਕਿ ਇਹ ਦੁਆਬੇ ਨੂੰ ਜੇ ਜਿਹੜਾ ਹੈ ਇਹਦੇ ਪਾਣੀ ਨੂੰ ਸਥਿਰ ਰੱਖਣਾ ਅਤੇ ਇਹਨਾਂ ਚਿੱਟੀ ਬਈ ਦੇ ਵਿੱਚ ਵੀ ਇੱਕ ਪਾਣੀ ਛੱਡਿਆ ਜਾਵੇ ਜਿਹੜਾ ਕਿ ਉਹਦਾ ਉਦਘਾਟਨ ਹੋ ਗਿਆ। ਇਸੇ ਤਰ੍ਹਾਂ ਕਾਲਾ ਸਿੰਘਾਂ ਡਰੇਨ ਦੇ ਵਿੱਚ 300 ਕਿਊਸਕ ਪਾਣੀ ਛੱਡਣ ਵਾਸਤੇ ਸਰਕਾਰ ਨੇ ਵਾਅਦਾ ਕੀਤਾ। ਸੋ ਇਹ ਜਿਹੜੀ ਇਨਵਾਇਰਮੈਂਟ ਦੀ ਸਮੱਸਿਆ ਨੂੰ ਮੁੱਖ ਰੂਪ ਵਿੱਚ ਉਭਾਰਿਆ ਗਿਆ। ਇੱਕ ਬੰਨ ਦੇ ਉੱਤੇ ਰਸਤਾ ਬਣਨ ਵਾਲਾ ਜਿਹੜਾ ਲੋਹੀਆਂ ਤੋਂ ਉਹ ਵੀ ਅਸੀਂ ਜਿਹੜਾ ਹੈਗਾ ਉਹਨੂੰ ਪ੍ਰਮੁੱਖਤਾ ਦੇ ਨਾਲ ਉਭਾਰਿਆ। ਬੰਨ ਦੇ ਹੇਠਾਂ ਮਿੱਟੀ ਰੁਕੀ ਹੋਈ ਹੈ ਜਿਹਦੇ ਕਰਕੇ ਹੜ੍ਹ ਆਉਂਦੇ ਆ, ਇਹ ਮੁੱਦਾ ਵੀ ਅਸੀਂ ਪ੍ਰਮੁੱਖਤਾ ਦੇ ਨਾਲ ਉਭਾਰਿਆ। ਵੋਟਰਾਂ ਦਾ ਰੁਝਾਨ ਦਿਸਦਾ ਹੈ ਇੱਥੇ ਜੇ ਦੇਖਣਾ ਹੋਵੇ ਤੇ ਸਾਰੇ ਪਿੰਡਾਂ ਦੇ ਵਿੱਚ ਇੱਕ ਸਾਰਿਆਂ ਵੱਲੋਂ ਜੋ ਆਵਾਜ਼ ਆ ਰਹੀ ਹੈ ਸਾਰੇ ਪਿੰਡਾਂ ਤੋਂ ਉਹ ਹੈ ਕਿ ਇੱਕ ਧੰਨਵਾਦੀ ਵੋਟ ਜਿਹੜੀ ਹੈਗੀ ਆ ਸੀਚੇਵਾਲ ਤੇ ਆਲਾ ਸਾਰੇ ਪਿੰਡਾਂ ਦੇ ਵਿੱਚ ਪਾ ਰਿਹਾ, ਕਿਉਂਕਿ ਮੈਂਬਰ ਰਾਜ ਸਭਾ ਜਿਹੜਾ ਹੈ ਸਾਨੂੰ ਆਮ ਆਦਮੀ ਪਾਰਟੀ ਨੇ ਬਣਾਇਆ। ਸੋ ਕਿਸੇ ਵੋਟਾਂ ਦੇ ਨਾਲ ਨਹੀਂ, ਸੋ ਇੱਕ ਮੌਕਾ ਦਿੱਤਾ। ਇਸ ਕਰਕੇ ਲੋਕਾਂ ਦੇ ਮਨ ਵਿੱਚ ਭਾਵਨਾ ਹੈ ਕਿ ਆਪਾਂ ਜਿਨ੍ਹਾਂ ਨੇ ਜਿਹੜਾ ਹੈ ਬਿਨਾ ਜਿਹੜਾ ਹੈ ਕਿਸੇ ਪੋਲੀਟੀਕਲ ਲੋਕਾਂ ਨੂੰ ਅੱਗੇ ਲਿਆਉਣ ਦੀ ਬਜਾਏ ਇੱਕ ਪਰਿਆਵਰਣ ਨੂੰ ਤਰਜੀਹ ਦਿੱਤੀ ਹੈ, ਇਸ ਕਰਕੇ ਜ਼ਿਆਦਾ ਲੋਕ ਜਿਹੜੇ ਹੈਗੇ ਆ ਵੋਟ ਜਿਹੜਾ ਹੈਗਾ ਸਰਕਾਰ ਪੱਖੀ ਪਾ ਰਹੇ।